ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਕਾ ਖਾਲਸਾ, ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਜੇਕਰ ਜੇਕਰ ਤੁਸੀਂ ਤੁਸੀਂ ਸਾਡੇ ਸਾਡੇ ਚੈਨਲ ਚੈਨਲ ਤੇ ਤੇ ਨਵੇਂ ਨਵੇਂ ਆਏ ਆਏ ਹੋ ਹੋ ਤਾਂ ਤਾਂ ਚੈਨਲ ਚੈਨਲ ਨੂੰ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਕਰ ਲਵੋ ਲਵੋ ਅਤੇ ਅਤੇ ਨਾਲ ਨਾਲ ਹੀ ਹੀ ਬੈਲ ਬੈਲ ਆਈਕਨ ਆਈਕਨ ਦਾ ਦਾ ਬਟਨ ਬਟਨ ਜ਼ਰੂਰ ਜ਼ਰੂਰ ਦਬਾ ਦਬਾ ਲਿਓ ਲਿਓ ਤਾਂ ਤਾਂ ਜੋ ਜੋ ਕਿ ਕਿ ਹਰ ਹਰ ਇੱਕ ਇੱਕ ਵੀਡੀਓ ਵੀਡੀਓ ਦਾ ਦਾ ਵਿਸ਼ਾ ਵਿਸ਼ਾ ਆਪ ਆਪ ਜੀ ਜੀ ਕੋਲ ਕੋਲ ਪਹੁੰਚ ਪਹੁੰਚ ਸਕੇ। ਸਕੇ। ਦੁਨੀਆ ਦੁਨੀਆ ਦੇ ਦੇ ਕਿਸੇ ਕਿਸੇ ਵੀ ਵੀ ਡਾਕਟਰ ਡਾਕਟਰ ਕੋਲ ਕੋਲ ਕ੍ਰੋਧ ਕ੍ਰੋਧ ਦਾ ਦਾ ਇਲਾਜ ਇਲਾਜ ਨਹੀਂ ਨਹੀਂ ਹੈ। ਹੈ। ਕ੍ਰੋਧ ਕ੍ਰੋਧ ਇੰਨਾ ਇੰਨਾ ਭਿਆਨਕ ਭਿਆਨਕ ਹੁੰਦਾ ਹੁੰਦਾ ਹੈ ਹੈ ਕਿ ਕਿ ਇਹ ਇਹ ਪਹਿਲਾਂ ਪਹਿਲਾਂ ਤਾਂ ਤਾਂ ਸਾਹਮਣੇ ਸਾਹਮਣੇ ਵਾਲੇ ਵਾਲੇ ਦਾ ਦਾ ਨੁਕਸਾਨ ਨੁਕਸਾਨ ਕਰਦਾ ਕਰਦਾ ਹੈ ਹੈ ਅਤੇ ਅਤੇ ਫਿਰ ਫਿਰ ਆਪਣੇ ਆਪਣੇ ਵੀ ਵੀ ਉਹਨਾਂ ਉਹਨਾਂ ਦਾ ਦਾ ਨਾਸ਼ ਨਾਸ਼ ਕਰਦਾ ਕਰਦਾ ਹੈ। ਹੈ ਜਿਸ ਜਿਸ ਤਰ੍ਹਾਂ ਤਰ੍ਹਾਂ ਅੱਗ ਅੱਗ ਦੀ ਦੀ ਇੱਕ ਇੱਕ ਚਿੰਗਾਰੀ ਹੀ ਰੂੰ ਦੇ ਢੇਰ ਨੂੰ ਤਬਾਹ ਕਰ ਦਿੰਦੀ ਹੈ, ਇਸੇ ਤਰ੍ਹਾਂ ਇੱਕ ਮਿੰਟ ਦਾ ਕੀਤਾ ਹੋਇਆ ਕ੍ਰੋਧ ਕਈ ਦਿਨਾਂ ਦੇ ਪੁੰਨਾਂ ਨੂੰ ਸਾੜ ਕੇ ਰੱਖ ਦਿੰਦਾ ਹੈ। ਕਈ ਵਾਰ ਤਾਂ ਕ੍ਰੋਧ ਇੰਨਾ ਭਿਆਨਕ ਰੂਪ ਧਾਰ ਲੈਂਦਾ ਹੈ ਕਿ ਇਸ ਦੇ ਵੱਸ ਪੈ ਕੇ ਪੁੱਤ ਆਪਣੇ ਪਿਓ ਦਾ ਹੀ ਕਤਲ ਕਰਨ ਤੁਰ ਪੈਂਦਾ ਹੈ, ਜਿਸ ਪਿਓ ਨੇ ਸਾਰੀ ਉਮਰ ਤੇਰੇ ਨਾਲ ਇੰਨਾ ਪਿਆਰ ਕੀਤਾ, ਤੇਰਾ ਪਾਲਣ ਪੋਸ਼ਣ ਕੀਤਾ, ਉਸ 'ਤੇ ਜ਼ੁਲਮ ਕਰਦਾ ਹੈ। ਕ੍ਰੋਧ ਇਤਨਾ ਭਿਆਨਕ ਹੈ ਕਿ ਜਿਸ ਨੂੰ ਆਉਂਦਾ ਹੈ ਉਸ ਦੇ ਅੰਦਰ ਦਇਆ ਭਾਵ ਪੈਦਾ ਹੀ ਨਹੀਂ ਹੋਣ ਦਿੰਦਾ।